ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਰਦਾਰ ਅਮਨਜੀਤ ਸਿੰਘ ਤੂਰ ਅਤੇ ਸਰਦਾਰਨੀ ਰੁਪਿੰਦਰ ਕੌਰ, ਬੇਨਤੀ ਹੈ ਕਿ ਆਪ ਜੀ ਦੇ ਸਪੁੱਤਰ ਕੰਵਰਾਜ ਸਿੰਘ ਤੂਰ ਜੀ ਅਤੇ ਸਾਡੀ ਸਪੁੱਤਰੀ ਪਵਨਪ੍ਰੀਤ ਕੌਰ ਜੀ ਨੂੰ ਗ੍ਰਹਿਸਥ ਧਰਮ ਵਿੱਚ ਪਰਿਵਰਤਨ ਕਰਨ ਲਈ ਸ਼ੁੱਭ ਆਨੰਦ ਕਾਰਜ ਦਾ ਸ਼ੁੱਭ ਦਿਹਾੜਾ ਮਿਤੀ 25 ਫਰਵਰੀ 2024 ਦਿਨ ਐਤਵਾਰ ਦਾ ਦਿਨ ਨਿਯਤ ਹੋਇਆ ਹੈ। ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰਜੰਝ ਲਾੜੇ ਨਾਲ ਸੋ ਪੂਰਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦੀ ਹੋਵਾਂਗੇ। ਕਿੰਨਾ ਕੁ ਚਾਅ ਹੈ ਤੁਹਾਨੂੰ? ਬਹੁਤ ਜ਼ਿਆਦਾ, ਇੰਨਾ ਚਾਅ ਹੈ ਮੈਨੂੰ ਤਾਂ ਇਹ ਫੋਟੋ, ਬਹੁਤ ਜ਼ਿਆਦਾ ਚਾਅ ਹੈ, ਬਹੁਤ ਜ਼ਿਆਦਾ, ਪੂਰਾ 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 ਚਾਅ, ਬਹੁਤ ਜ਼ਿਆਦਾ ਮਸਾਂ ਸੁੱਕਾ ਸੁੱਕ ਕੇ ਦਿਨ ਲਿਆਂਦਾ ਇਸ ਤਰ੍ਹਾਂ। ਤੇਰੇ ਕੋਲੋਂ ਮੈਨੂੰ ਸਾਂ ਮਿਲਦੇ ਸੀ, ਐਵੇਂ ਨਹੀਂ ਤੈਨੂੰ ਬੇਵਜ੍ਹਾ ਮਿਲਦੇ। ਤੇਰੇ ਚ ਕੋਈ ਗੱਲ ਹੈ ਸਾਹਿਬਾ, ਹਾਂ ਅਸੀਂ ਤੈਨੂੰ ਤਾਂ ਮਿਲਦੇ। ਮੈਨੂੰ ਪਤਾ ਨਹੀਂ ਹੁੰਦਾ ਸੁਕੂਨ ਕੀ, ਤੈਨੂੰ ਮਿਲੇ ਤਾਂ ਪਤਾ ਲੱਗਿਆ ਮਿਟ ਗਈ ਮੇਰੀ ਸਭ ਤਨਹਾਈ, ਜੀ ਤੇਰੇ ਕੋਲੇ ਆ ਲੱਗਿਆ ਵੇ ਹਾਣੀਆਂ ਵੇ ਦਿਲ ਜਾਣੀਆਂ। ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ, ਭੁੱਲ ਗਏ ਇਹ ਸਾਰੀ ਦੁਨੀਆ ਕਿ ਤੇਰਾ ਹੀ ਨਾ ਹੈ ਬੋਲੇ ਦੀ ਜ਼ਬਾਨ। ਖਾਰੀ ਹੋਵੇ ਨਾ ਪੂਰਾ ਰਿਕਾਰਡ ਕਰਨਾ, ਕੱਲੀ ਕੱਲੀ ਬਾਈਟ ਮੂੰਹ ਚ ਗਈ ਹੈ ਕਿ ਨਹੀਂ ਸਰ। ਹੋਰ ਕੋਈ ਰੱਖਦਾ ਨਹੀਂ, ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ, ਮੁੰਡਾ ਕਿਸੇ ਵੱਲ ਤੱਕਦਾ ਨਹੀਂ, ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ ਗਿਆ, ਮੁੰਡਾ ਕਿਸੇ ਵੱਲ ਤੱਕਦਾ ਨਹੀਂ। ਲੱਗਦਾ ਸੁਣ ਲਈਆਂ ਨੇ ਸੁਣ ਲਈਆਂ ਉਸ ਰੱਬ ਨੇ ਦੁਆਵਾਂ ਮੇਰੀਆਂ, ਸਭ ਪੂਰੀਆਂ ਹੋਣੀਆਂ ਨੇ ਤੇਰੇ ਨਾਲ ਸੀ ਜੋ ਜਾਵਾਂ ਮੇਰੀਆਂ। ਜੇ ਖੂਬਸੂਰਤ ਦੁਨੀਆ ਹੈ ਤੇਰਾ ਅਸਰ ਹੈ, ਉਹਨੇ ਕੀ ਜ਼ਿੰਦਗੀ ਦੇਖੀ ਜੋ ਰੰਗ
ਚੰਗੇ ਇਸ਼ਕੇ ਦਾ ਚੱਖਦਾ ਨਹੀਂ ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋਇਆ ਮੁੰਡਾ ਕਿਸੇ ਵੱਲ ਤੱਕਦਾ ਨਹੀਂ ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋਇਆ ਮੁੰਡਾ ਕਿਸੇ ਵੱਲ ਤੱਕਦਾ ਨਹੀਂ ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋਇਆ ਮੁੰਡਾ ਕਿਸੇ ਵੱਲ ਤੱਕਦਾ ਨਹੀਂ ਜਦੋਂ ਦਾ ਤੈਨੂੰ ਤੱਕਿਆ ਸ਼ੁਦਾਈ ਹੋ Like, you know, visiting here was a lot of fun because he will take us out here and there. Yes. Seeing him growing up, even, you know, when he came to visit us and everything, it was a lot of fun. He used to have a lot of good time with Saj and them. He's a good kid. Yeah. And we were like, you know, we had a lot. Never miss his wedding. Yeah. Never, ever. My biggest memory is when we went off-roading in Australia, and plus he's been watching me since I was a baby, and he's taking care of me ever since I grown up, so yeah. Nice. Yeah. ਰੋਬੀ ਚੇਤਾ ਜਦੋਂ ਮਾਸੜ ਜੀ ਆਉਂਦੇ ਸੀਗੇ ਤੇ ਮਾਸੜ ਜੀ ਨੂੰ ਮੈਂ ਪੁੱਛਿਆ ਸਕੂਲੋਂ ਆਇਆ ਕਹਿੰਦੇ ਜਦੋਂ ਮੈਂ ਵੱਡਾ ਹੋ ਗਿਆ ਤੇ ਮੈਂ ਇਹਦਾ ਵਿਆਹ ਕੀਤਾ ਤੇ ਮੈਂ ਬਾਹੂ ਤੁਰਲੇ ਵਾਲੀ ਪੱਗ ਬੰਨਣੀ ਤੇ ਮੈਂ ਮਾਸੀ ਜੀ ਨੂੰ ਕਿਹਾ ਮੈਂ ਕਿਹਾ ਤੇ ਇਹਨਾਂ ਤੁਰਲੇ ਵਾਲੀ ਬੰਨਣੀ ਤੇ ਤੁਸੀਂ ਕੀ ਕਰਨਾ ਕਹਿੰਦੇ ਮੈਂ ਫੁਲਕਾਰੀ ਲੈ ਲਵਾਂਗੀ ਚਾਂਦਣੀ ਨੇ ਪੁੰਨੇ ਆਤੇ ਜਲਸਾ ਲਗਾਇਆ ਸੱਦਾ ਝੀਲ ਨੂੰ ਵੀ ਆਇਆ ਚੰਦ ਮੁਖ ਮਹਿਮਾਨ ਸੀ ਚਾਂਦਣੀ ਨੇ ਪੁੰਨੇ ਆਤੇ ਜਲਸਾ ਲਗਾਇਆ ਸੱਦਾ ਝੀਲ ਨੂੰ ਵੀ ਆਇਆ ਚੰਦ ਮੁਖ ਮਹਿਮਾਨ ਸੀ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਦਿਆ ਜੇ ਪਾਈ ਸੀ ਪੋਸ਼ਾਕ ਮਾਰੀ ਤਾਰਿਆਂ ਨੂੰ ਹਾਕ ਉਹ ਤਾਂ ਹੋਰ ਹੀ ਜਹਾਨ ਸੀ ਚਾਂਦਣੀ ਨੇ ਪੁੰਨਿਆਂ ਤੇ ਜਲਸਾ ਲਗਾਇਆ ਸੀ ਗਵਾਂਢੀ ਸਾਰੇ ਸੀ ਗਵਾਂਢੀ ਸੀ ਗਵਾਂਢੀ
ਕਮਲਰਾਜ ਤੁਹਾਨੂੰ ਤੇ ਪਵਨਪ੍ਰੀਤ ਨੂੰ ਸਾਡੇ ਸਾਰਿਆਂ ਵੱਲੋਂ ਤੇ ਉੱਤੇ ਮਾਸੜ ਜੀ ਤੇ ਮਾਸੀ ਜੀ ਵੱਲੋਂ ਬਹੁਤ ਸਾਰਾ ਆਸ਼ੀਰਵਾਦ, ਪਿਆਰ ਤੇ ਬਹੁਤ ਸਾਰੀਆਂ ਵਧਾਈਆਂ। ਕਿੰਨਾ ਚੋਆ ਹੈ ਭਾਜੀ ਦੇ ਵਿਆਹ ਦਾ? ਜਿੰਨਾ ਕਹਿ ਸਕਦੇ ਹਾਂ ਹੱਦ ਤੋਂ ਜ਼ਿਆਦਾ, ਐਕਸਟ੍ਰੀਮ ਐਕਸਟ੍ਰੀਮ ਦੁਨੀਆ ਨਾਲੋਂ ਜ਼ਿਆਦਾ।
ਜਵਾਲ ਟੁਰ ਲਾਉਣਾ ਇੰਨਾ ਸੌਖਾ ਪਰ ਇੰਨਾ ਚਾਹ ਮੁੰਡੇ ਦਾ ਵਿਆਹ ਚਾਹੀ ਚਾਹ ਇੱਕ ਆਪਣਾ ਸਪੈਸ਼ਲ ਕੰਗਰੈਚੁਲੇਸ਼ਨ ਕਮਲਵੀਰ ਜੀ ਤੁਹਾਨੂੰ ਨਹੀਂ ਪਤਾ ਇਹ ਦਿਨ ਦਾ ਮੈਨੂੰ ਜਿੰਨਾ ਚਾਹ ਸੀ ਨਾ ਉਹਨਾਂ ਕਿਸੇ ਹੋਰ ਨੂੰ ਹੋ ਹੀ ਨਹੀਂ ਸਕਦਾ ਲਾਈਕ ਮੈਂ ਸ਼ੁਰੂ ਤੋਂ ਸੋਚਦੀ ਸੀ ਕਮਲਵੀਰ ਜਦੋਂ ਵਿਆਹ ਹੋਊਗਾ ਮੈਂ ਆਹ ਕਰੂੰਗੀ ਉਹ ਕਰੂੰਗੀ ਆਹ ਕਰੂੰਗੀ ਉਹ ਕਰੂੰਗੀ ਮਤਲਬ ਤੁਸੀਂ ਸੋਚ ਨਹੀਂ ਸਕਦੇ ਮਤਲਬ ਮੈਂ ਇੰਨਾ ਕੁਛ ਸੋਚਿਆ ਸੀ ਹਾਂ ਸਾਰਾ ਕੁਛ ਤਾਂ ਨਹੀਂ ਹੋਇਆ ਬਟ ਹਾਂ ਮੈਂ 90% ਕਰ ਲਿਆ ਕਵਰ ਹੁਣ ਤੁਸੀਂ ਵੇਟ ਕਰਿਓ ਮੇਰੀ ਅਤੇ ਮੇਰੇ ਫਰੈਂਡਸ ਦੀ ਪਰਫੋਰਮੈਂਸ ਦੀ ਬਿਕੋਜ਼ ਯੂ ਨੋ ਜਿੱਦਾਂ ਕਿ ਭੈਣਾਂ ਨੇ ਛਾਉਣਾ ਹੁੰਦਾ ਆ ਅਤੇ ਜਿੰਨਾ ਲਾਈਕ ਬ੍ਰਦਰ ਦੇ ਵਿਆਹ ਦਾ ਚਾਹ ਸਾਨੂੰ ਹੈ ਨਾ ਜਿਵੇਂ ਕਹਿੰਦੇ ਨਾ ਮੇਰੇ ਵੀਰੇ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹ ਠੀਕ ਹੈ ਤੋ ਆਈ ਵਿਲ ਸੇ ਕੰਗਰੈਚੁਲੇਸ਼ਨਸ ਬੋਥ ਆਫ ਯੂ ਹੈਵ ਅ ਹੈਪੀ ਮੈਰਿਡ ਲਾਈਫ ਪ੍ਰੋਸਪੈਰਸ ਲਾਈਫ ਅਹੈਡ ਬੀ ਹੈਪੀ ਇਕੱਠੇ ਰਹੋ ਹਮੇਸ਼ਾ ਖੁਸ਼ ਰਹੋ ਦੇਖੋ ਮੈਂ ਜ਼ਿਆਦਾ ਗਿਆਨ ਨਹੀਂ ਦੇ ਸਕਦੀ ਬਿਕੋਜ਼ ਆਈ ਐਮ ਨੋਟ ਮੈਰਿਡ ਐਂਡ ਪਲੀਜ਼ ਸਟੋਪ ਸੇਇੰਗ ਕਿ ਨੈਕਸਟ ਤੇਰੀ ਵਾਰੀ ਹੈ ਮੇਰੀ 5-6 ਸਾਲ ਅਜੇ ਆਉਣ ਨਹੀਂ ਲੱਗੀ ਠੀਕ ਹੈ ਐਂਡ ਯੈਸ ਕੰਗਰੈਚੁਲੇਸ਼ਨਸ ਵਾਂਸ ਅਗੇਨ ਥੈਂਕ ਯੂ ਕੰਵਰਵੀਰ ਜੀ ਗੱਲ ਸੁਣੋ ਤੁਹਾਨੂੰ ਪਤਾ ਪਹਿਲੀ ਵਾਰ ਇਹਨੇ ਲੁਧਿਆਣਾ ਟੱਪਿਆ ਉਹ ਵੀ ਮੇਰੇ ਨਾਲ ਠੀਕ ਹੈ ਇਹਦੇ ਪੇਰੈਂਟਸ ਇਹਨੂੰ ਕਦੀ ਕਿਤੇ ਨਹੀਂ ਭੇਜਦੇ ਸਿਰਫ ਤੁਹਾਡੀ ਵੈਡਿੰਗ ਲਈ ਭੇਜਿਆ ਤੁਸੀਂ ਮੰਨ ਸਕਦੇ ਹੋ ਲਾਈਕ ਕਿਆ ਮੌਤ ਤੈਨੂੰ ਛਤਰੀ ਦੀ ਛਾਂ ਮੈਂ ਛਾਵੇਂ ਪੈਨੀਆਂ ਸੂਹੇ ਵਿੱਚੇ ਵਾਲਿਆਂ ਮੈਂ ਕਹਿੰਦੀਆਂ ਮਾਪਿਆਂ ਨੇ ਚੁਣ ਲਿਆ ਸਾਥੀ ਤੈਨੂੰ ਮੇਰਾ ਜਿੰਦੜੀ ਤੋਂ ਪਿਆਰਾ ਛਾਵੇਂ ਪੈਨੀਆਂ ਸੂਹੇ ਵਿੱਚ ਰੇ ਵਾਲਿਆਂ ਮੈਂ ਕਹਿੰਦੀਆਂ ਸੂਹੇ ਵਿੱਚ ਰੇ ਵਾਲਿਆਂ
ਤੁਹਾਡੀ ਗਵਾਰੀ ਜਸ ਗੋ ਅਹੈਡ ਪੂਰੀ ਪੂਰੀ ਜ਼ਿੰਦਗੀ ਤੁਸੀਂ ਤਾਨੇ ਇੱਥੋਂ ਹੀ ਸੁਣਨੇ ਨੇ ਸ਼ੀ ਇਜ਼ ਵੈਰੀ ਸਵੀਟ ਓ ਮਾਈ ਗੋਡ ਸ਼ੀ ਇਜ਼ ਵੈਰੀ ਸਵੀਟ ਭਈ ਤਾਨੀਆਂ ਤੁਸੀਂ ਮਾਰਨੀ ਇੱਕ ਵਾਰ ਖਿੱਚ ਕੇ ਤਾਨੀਆਂ ਮਾਰ ਦੋ ਆਈ ਨੋ ਦ ਬ੍ਰਾਈਡ ਇਜ਼ ਸੁਪਰ ਕੰਫੀਡੈਂਟ ਐਂਡ ਗਿਵ ਅਮੇਜ਼ਿੰਗ ਵਟ ਵਾਸ ਦੈਟ ਕੁਆਲਿਟੀ ਯੂ ਰੀਲੀ ਫਾਈਂਡ ਹਿਮ ਕਿ ਹੀ ਗੋਨਾ ਬੀ ਅ ਲਾਈਫ ਪਾਰਟਨਰ ਫਰਮ ਦ ਲੌਂਗ ਟਾਈਮ ਸੋ ਵਟ ਵਾਸ ਦੈਟ ਹੀ ਡਿਡਨਟ ਟਾਕ ਮਚ ਸੋ ਆਈ ਵਾਸ ਲਾਈਕ ਯੂ ਨੀਡ ਅ ਪਰਸਨ ਬਿਕਾਜ਼ ਆਈ ਟਾਕ ਅ ਲੌਟ ਓ ਮਾਈ ਗੋਡ ਕਹਿੰਦੇ ਜੀ ਘਰ ਵਾਲਾ ਬੋਲਦਾ ਨਹੀਂ ਬਹੁਤ ਵਧੀਆ ਗੱਲ ਆ ਕਿ ਮੈਂ ਜ਼ਿਆਦਾ ਬੋਲੂੰਗੀ ਉਹ ਸੁਣੂਗਾ ਬਹੁਤ ਅੱਛੀ ਆਨਸਰ ਦਿੱਤਾ ਤੁਸੀਂ ਤੇ ਆਈ ਥਿੰਕ ਦਿਸ ਇਜ਼ ਅ ਪਰਫੈਕਟ ਕਹਿੰਦੇ ਨੇ ਜੋ ਕਮੀ ਦੂਜੇ ਚ ਹੁੰਦੀ ਤੁਸੀਂ ਪੂਰੀ ਕਰ ਦਿਓ ਯੂ ਪੀਪਲ ਕੰਪਲੀਟ ਈਚ ਅਦਰ ਇਨ ਅ ਸੱਚ ਅ ਬਿਊਟੀਫੁਲ ਵੇ ਹੁਣ ਤੁਹਾਨੂੰ ਕਦੇ ਨਾ ਤੋੜੀ ਸਾਥ ਮੈਂ ਤੈਨੂੰ ਕਹਿਨੀ ਆ ਕਦੇ ਨਾ ਤੋੜੀ ਸਾਥ ਮੈਂ ਤੈਨੂੰ ਕਹਿਨੀ ਆ ਕਰ ਜਤਰੀ ਦੀ ਚਾ ਮੈਂ ਚਾਵੇਂ ਪੈਨੀ ਆ ਕਰ ਜਤਰੀ ਦੀ ਚਾ ਮੈਂ ਚਾਵੇਂ ਪੈਨੀ ਆ ਸੂਹੇ ਵਿੱਚ ਰੇ ਵਾਲਿਆ ਮੈਂ ਬਾਬਲਾ ਸੁਣ ਬਾਬਲਾ ਤੇਰਾ ਮੇਰੇ ਸਿਰ ਅਹਿਸਾਨ ਬੜਾ ਵੀਰਿਆ ਸੁਣ ਵੀਰਿਆ ਵੇ ਸੁੱਖਾ ਲੱਦੇ ਹੀਰਿਆ ਅੰਮੀਏ ਸੁਣ ਅੰਮੀਏ ਹਰ ਜਨਮ ਤੇਰੇ ਕਰ ਜਨਮੀਏ ਗੱਲਾਂ ਦੋਨੇ ਤੇਰੇ ਮੇਰੇ ਵਿੱਚ ਕਰ ਬਸ ਗੱਲਾਂ ਦੋਨੇ ਗੱਲਾਂ ਦੋਨੇ ਨੀ ਗੱਲਾਂ ਦੋਨੇ ਤੇਰੇ ਮੇਰੇ ਵਿੱਚ ਕਰ ਬਸ ਗੱਲਾਂ ਦੋਨੇ ਜੀਣਾ ਤੇਰੇ ਨਾਲ ਮਰਨਾ ਏ ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ ਏ ਤੇਰੇ ਨਾਲ ਸਾਡਾ ਸਭ
ਨਹੀਂ ਪਿਆਰ ਬਸ ਗੱਲਾਂ ਦੋ ਨੇ ਗੱਲਾਂ ਦੋ ਨੇ ਨੀ ਗੱਲਾਂ ਦੋ ਨੇ ਤੇਰੇ ਮੇਰੇ ਵਿੱਚ ਸ਼ਾ ਬਸ ਗੱਲਾਂ ਦੋ ਨੇ ਮੁੰਡਾ ਹੋ ਪੰਜ ਕਿਲੋ ਦਾ ਦੱਸ ਦੇ ਕੋਈ ਨਹੀਂ ਸੈਪਰੇਟ ਬੈਠ ਜਾਓ।